ਕਦੀ ਹੁਣ ਦੁਬਾਰਾ ਪਿੰਡ ਯਾਦ ਆਇਆ ਖਰਾਬ ਨਹੀਂ ਨੂੰ ਰੱਖ ਲੈਣਾ ਜਿਹੜੇ ਤੇ ਅਗਲੇ ਪਿੰਡਾਂ ਆਲੀਆਂ ਜਨਾਨੀਆਂ ਹੁਣੇ ਪਾ ਤਾਦਰ ਬਚਾਵੇਂ ਆਂਦਾ ਪੈਣਾ ਮੈਂ ਤਾਂ ਆਪਸਿਆਂ ਮੈਂ ਤੁਹਾਨੂੰ ਕੀ ਛਡਾਉਣਾ ਅੱਗ ਜੀਂਦਿਆਂ ਨੂੰ ਸੋੜ ਦਿੱਤਾ ਫੜ ਫੜ ਕੇ ਲਾਤਾ ਤੇ ਮਛੀੜੇ ਨੂੰ ਅੱਗ ਲਾਤੀ ਬਹੁ ਲਾਟਾਂ ਨਿਕਲਾਈਆਂ ਉਹਨਾਂ ਨੂੰ ਮਾਰਤਾ ਉਹ ਆਈ ਨੇ ਜਿਨ੍ਹਾਂ ਚ ਵਸਦੇ ਰਹੇ ਇਹਨਾਂ ਫਿਰ ਲੈਣਾ ਲੈਣ ਬਣਾਈ ਵੇ ਅਚਾਰ ਜਵਾਨਾ ਕੁੜੀਆਂ ਉਦੋਂ ਲੱਗੇ ਦੂਜੀਆਂ ਮਾਵਾਂ ਉਹਨਾਂ ਦੀਆਂ ਪਾਸਿਆਂ ਤੇ ਬੁਲਡੇ ਲਾਤੇ ਜਿਹੜੇ ਤੁਹਾਡੇ ਵਰਗੇ ਮੁੰਡੇ ਨੇ ਭੜੋ ਪਰਸ਼ੀਆਂ ਕੁੜੀਆਂ ਨਗਾਓ ਤੁਸੀਂ ਵੀ ਫੇਰ ਉਹ ਸਾਡਾ ਕਾਰ 12 ਮੀਲ ਦਾ ਕਾਫਲਾ ਜਿਹੜਾ ਇੱਥੇ ਐੜ ਤੇ ਆਣ ਕੇ 8 ਦਿਨ ਬੈਠੇ ਰਹੇ ਡੇ ਲਿਆ ਨਹੀਂ ਤਾਂ ਅੱਛਾ ਜੀ ਆ ਰਾਗ ਭਾਗ ਛੱਡ ਕੇ ਜਾਂਦਾ ਕੋਈ ਉਹਨੇ ਆਖਿਆ ਭਾਈ ਗੱਲ ਸੁਣ ਤੈਨੂੰ ਸਵੇਰੇ ਹੀ ਪਤਾ ਲੱਗ ਜਾ ਲੋਕਾਂ ਦਾ ਪਾਪ ਇਸ ਤਰ੍ਹਾਂ ਜੀ ਠੀਕ ਹੈ ਡੋਵਰੀ ਮੁੰਡਾ ਲੰਗਿਆ ਬੋਤਿਆਂ ਵਾਲਾ ਉਦੋਂ ਬੋਤਿਆਂ ਦਾ ਰਿਵਾਜ ਨਿਕਲਿਆ ਸੀ ਜਿਵੇਂ ਇਹ ਹੁਣ ਚੱਲਿਆ ਜੀ ਆਹ ਚੱਲਿਆ ਹਾਂਜੀ ਉਸੇ ਵੇਲੇ ਨਾਈ ਨੂੰ ਸਾਧ ਕੇ ਉਸ ਤਰ੍ਹਾਂ ਫਰਾਗ ਦੇ ਮੂੰਹ ਕਾਲਾ ਕਰਕੇ ਤਿੰਨ ਵੇਰੀ ਇਧਰ ਕਿ ਇਹ ਤੇਰਾ ਰੱਖਿਆ ਹਾਂਜੀ ਇਹ ਇਸ ਤਰ੍ਹਾਂ ਦੇ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਸਾਡਾ ਦਰਸ ਪੰਜਾਬ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜਿਹੜੀ ਨਾਲ ਘੰਟੀ ਬਣੀ ਹੈ ਉਹਨੂੰ ਕਲਿੱਕ ਲਾਜ਼ਮੀ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਪਰਨਾਮ ਜੀ ਅਸੀਂ ਪਹੁੰਚੇ ਪਿੰਡ ਅਮਰੀਕ ਸਿੰਘ ਔਰ ਇਥੇ ਸਾਡੇ ਇੱਕ ਬਜ਼ੁਰਗ ਮੁਹੰਮਦ ਰਮਜ਼ਾਨ ਸਾਹਿਬ ਬਲਦਬਾਦ ਰਹੇ ਉਹਨਾਂ ਦੇ ਡੇਰੇ ਤੇ ਅਸੀਂ ਪਹੁੰਚੇ ਆ ਇਹ ਬਜ਼ੁਰਗ ਪਾਰਟੀਸ਼ਨ ਤੋਂ ਪਹਿਲੇ ਹਿੰਦੁਸਤਾਨ 'ਚ ਰਹਿੰਦੇ ਸਨ ਬਾਅਦ ਵਿੱਚ 47 ਤੋਂ ਬਾਅਦ ਇਹ ਪਿੰਡ ਅਮਰੀਕ ਸਿੰਘ ਮਾਈਗ੍ਰੇਟ ਹੋਏ ਤੋਂ ਮੈਂ ਹਰ ਵੀਡੀਓ 'ਚ ਦੱਸਣਾ ਕਿ ਕਹਿੰਦੇ ਨੇ ਕਿ ਜਿਹੜੇ ਦੁੱਖ ਨੇ ਨਾ ਉਹ ਕੁਹਾੜੀ ਦੇ ਫੱਟ ਮਿਲ ਜਾਂਦੇ ਨੇ ਤੇ ਕਹਿੰਦੇ ਸੀ ਕਿ ਗੱਲਾਂ ਦੇ ਫੱਟ ਨਹੀਂ ਮਿਲਦੇ لیکن ਹੁਣ ਮਹਿਸੂਸ ਹੁੰਦਾ ਹੈ ਕਿ ਕੁਹਾੜੀ ਦੇ ਫਟ ਵੀ ਮਿਲ ਜਾਂਦੇ ਨੇ ਗੱਲਾਂ ਦੇ ਫਟ ਵੀ ਮਿਲ ਜਾਂਦੇ ਨੇ ਲੇਕਿਨ ਜੁਦਾਈ ਦੇ ਫਟ ਨਹੀਂ ਮਿਲਦੇ ਉਹ ਮੇਰੇ ਸ਼ੇਅਰ ਜਿਸ ਤਰ੍ਹਾਂ ਕਿ ਮੈਂ ਸ਼ੁਰੂ ਜੀ ਦੱਸਣਾ ਲੱਗੀ ਨਜ਼ਰ ਪੰਜਾਬ ਨੂੰ ਵੰਡ ਹੋ ਗਈ ਕਈ ਅੱਖਿਓਂ ਪਰੇ ਪਰਿਵਾਰ ਹੋ ਗਏ ਹੋਇਆ ਜ਼ੁਲਮ ਮਹਾਜਰਾਂ ਨਾਲ ਵੱਡਾ ਇੱਕ ਦੂਜੇ ਤੋਂ ਵੱਖਰੇ ਯਾਰ ਹੋ ਗਏ ਹੱਥਾਂ ਨਾਲ ਬਣਾਏ ਘਰ ਛੱਡੇ ਜਿਹੜੇ ਦੇਖਣੇ ਤੋਂ ਅਵਾਜ਼ਾਰ ਹੋ ਗਏ ਕਈ ਮੌਤ ਨੇ ਮੂੰਹ ਦੇ ਵਿੱਚ ਪਾ ਲਏ ਕਈ ਨਾਲ ਵਿਛੋੜੇ ਬਿਮਾਰ ਹੋ ਗਏ ਤੇ ਇਸੇ ਹੀ ਕੈਟਾਗਰੀ 'ਚ ਸਾਡੇ ਬਜ਼ੁਰਗ ਨੇ ਅਸੀਂ ਇਹਨਾਂ ਨਾਲ ਗੱਲ ਸਾਂਝੀ ਕਰਾਂਗੇ ਜੀ ਅਸਲਾਮੁਅਲੈਕਮ ਜੀ ਵਅਲੈਕੁਮ ਸਲਾਮਾ ਬਾਬਾ ਜੀ ਕੀ ਨਾਮ ਤੁਹਾਡਾ ਅਰਮਜਾਨ ਤੁਹਾਡੇ ابو ਦਾ ਨਾਮ ਕੀ ਬਾਪ ਦਾ ਬਾਦਰ ਅਲੀ ਤੇ ਦਾਦੇ ਦਾ ਹੀ ਪਤਾ ਨਾ ਲਾਲ ਦੇ ਹਨ अच्छा टेस्ट उम्ररा उम्ररा एतो तक जाओ चार पीढ़ियां लो जी अपने बाबा जी जिस उम्र ਦੇ ਵਿੱਚ ਨੇ ਔਰ ਇਹਨਾਂ ਦੀ ਯਾਦ ਆਸ਼ ਦੀ ਸੀ ਦਾ ਦਿੰਨੇ ਕਿ ਇਹਨਾਂ ਨੇ ਬਹੁਤ ਯਾਦ ਰੱਖਿਆ ਵਰਨਾ ਅੱਜ ਕੱਲ ਦੇ ਲੋਕ ਅੱਜ ਕੱਲ ਤੇ ਇਹ ਰਿਵਾਜ ਆਇਆ ਤੇ ਉਹਨਾਂ ਕੇ ਬਾਲ ਨੂੰ ਪੁੱਛੋ ਆਪਣੇ ਅੱਬੇ ਦਾ ਨਾਂ ਤਾਂ ਤੁਹਾਨੂੰ ਕੀ ਲੱਗੇ ਜਿਹੜਾ ਮਰਜ਼ੀ ਹੋਵੇ ਤੇ ਜ਼ਮਾਨਾ ਜਿਹੜਾ ਨਾ ਪਹਿਲਾ ਜ਼ਮਾਨਾ ਬੜਾ ਬਿਹਤਰੀਨ ਜ਼ਮਾਨਾ ਸੀ ਤੋ ਅੱਛਾ ਸੁਣ ਇਹ ਦੱਸ ਪੁੱਛਾਂਗੇ ਤੁਹਾਨੂੰ ਤੁਸੀਂ ਕਿੱਥੇ ਪੈਦਾ ਹੋਏ ਆਏ ਪਟਾਣੇ ਪਡਾਣਾ ਪਿੰਡ ਕਿਹੜੇ ਜ਼ਿਲ੍ਹੇ ਚ? ਪਰੋਜਪੁਰ ਦੇ ਜ਼ਿਲ੍ਹੇ ਚ। ਜ਼ਿਲ੍ਹਾ ਵੇ ਪਰੋਜਪੁਰ ਸੀ। ਤਸਵੀਲ ਜਿਹੜੀ ਸੀ ਉਹ ਵੀ ਪਰੋਜਪੁਰ ਤੇ ਥਾਣਾ 나ੜੇ ਮੱਲਾਂ ਆ। ਤੇ ਇਹਦੇ ਨਾਲ ਦੇ ਕੋਈ ਪਿੰਡਾਂ ਦੇ ਨਾਮ ਦੱਸੋ। ਸੌਰਸਿੰਗ ਪਡਾਣਾ। ਇਹ ਮੈਨੂੰ ਕੋਤੜੇ ਜਿਹਾ ਨਾ ਯਾਦ ਆ ਨਾ। ਸੌਰਸਿੰਗ ਸੋਣ ਸੌਰਸਿੰਗ ਪਡਾਣਾ। ਕੁਵਾਲਾ। ਅੱਛਾ ਹੁਣ ਦੱਸੋ ਤੁਹਾਡਾ ਪਿੰਡ ਜਿਹੜਾ ਕਿੱਦਾਂ ਸੀ? ਵਾਵਾ ਪਡਾਣਾ ਪਿੰਡ ਸੀ। ਉਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਨੇ ਸੀ ਸੇਖਰ ਰਹਿੰਦੇ ਸੀ ਜਿਆਦੇ ਅੱਛਾ ਛੇਵਰ ਛੇਰ ਸੇ ਹੁਣ ਸਾਡਾ ਬੜਾ ਪਾਸ ਮਾਰਿਆ ਅੱਛਾ ਹਾਂ ਅੱਛਾ ਤੁਸੀਂ ਕਈ ਦਿਨ ਉਹਨੇ ਆਪ ਦੇ ਘਰ ਰੱਖਿਆ ਤੇ ਜਦੋਂ ਮਾਮਾ ਨੂੰ ਆਇਆ ਤੇ ਸਾਨੂੰ ਇਹ ਪੱਤਣੋਂ ਨਿਕਾ ਆ ਗਿਆ ਅੱਛਾ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਪਿੰਡ ਦੇ ਵਿੱਚ ਘਰ ਕਿੱਥੇ ਹੁੰਦਾ ਸੀ ਕੋਈ ਖਾਸ ਨਿਸ਼ਾਨੀ ਕੀ ਘਰ ਮੈਨੂੰ ਪੂਰਾ ਪਤਾ ਹੈ ਵੀ ਪਿੰਡ ਦੇ ਹੁਰਲੇ ਪਾਸੇ ਸੀ ਅੱਛਾ ਲਿੰਦੇ ਬਨੇ ਲਾ ਵਿਹਲੀ ਸੀ ਪੱਕੀ ਅਗੇ ਨੇਮ ਅਸੇ ਨੇਮ ਅਸੀ ਬੜੀ ਤਗੜੀ ਬੂਏ ਦੇ ਅਗੇ ਅੱਛਾ ਉਹਦੇ ਚ ਕਬੂਤਰ ਖੇਡਦੇ ਹੁੰਦੇ ਇਹਨਾਂ ਮੁੰਡਿਆਂ ਨੂੰ ਅਸੀਂ ਵੀ ਕਬੂਤਰਾਂ ਦੇ ਦਾਲੇ ਹੋਏ ਹੁੰਦੇ ਤਾਂ ਅੱਛਾ ਅੱਛਾ ਹਾਂ ਦਾਦਾ ਮੇਰਾ ਲਾਗੇ ਨਹੀਂ ਸੀ ਹੋਂਦ ਹੁੰਦਾ ਆ ਲੋਹਾ ਤੇ ਇੱਕ ਮੋਚੀ ਬੂਏ ਅਗੇ ਹੁੰਦੇ ਸੀ ਅੱਛਾ ਤੁਹਾਡਾ ਪਿੰਡ ਦੇ ਵਿੱਚ ਘਰ ਜਿਹੜਾ ਕਿਸੇ ਨਾਂ ਨਾ ਮਸ਼ਹੂਰ ਹੈਗਾ ਸੀ ਲਾਲਦੀਨ ਦਾ ਹੀ ਨਾਮ ਆਜਦਾ ਅੱਛਾ ਚਾ ਲਾਲਦੀਨ ਦੀ ਹਵੇਲੀ ਦਾ ਨਾਮ ਅੱਛਾ ਤੁਸੀਂ ਦੱਸੋ ਬਜ਼ੁਰਗੋ ਤੁਹਾਡੇ ਪਿੰਡ ਮਸਜਿਦ ਆਇਆ ਸੀ ਮਸੀਤਾਂ ਸ਼ਾਤ ਏਨੇ ਕਿਹਾ ਤੇ ਕੋਈ ਗੁਰਦੁਆਰਾ ਗੁਰਦੁਆਰੇ ਤਾਂ ਹੈਗੇ ਅੱਛਾ ਤੁਹਾਡੇ ਸਜੇ ਖਬੇ ਕਿਹੜੇ ਲੋਕ ਰਹਿੰਦੇ ਸਨ ਕੁਝ ਕਮੀਆਂ ਕੁਮੀਆਂ ਦੇ ਸੀ ਕੋਈ ਜ਼ਿੰਮੇਦਾਰਾਂ ਦੇ ਇਸੇ ਤਰ੍ਹਾਂ ਸੀ ਜਿਵੇਂ ਹੋਣ ਨੇ ਤੇ ਐਨੇ ਉਹ ਸਵੇਰੇ ਸਾਨੂੰ ਤਾਂ ਅਗਲਿਆਂ ਨੇ ਉਹਦੇ ਡੰਗਰਾ ਮਗਰ ਲਾਤਾ ਤੇ ਸ਼ਾਮ ਨੂੰ ਡੰਗਰ ਲੈ ਕੇ ਆ ਗਏ ਅੱਛਾ ਸਿੱਖਾਂ ਦੇ ਮੁੰਡੇ ਦੋ ਹੈਗੇ ਸੀ ਬੇਲੀ ਇਹਦੇ ਇਹ ਸਾਡੇ ਜ਼ਾਹ ਤਾਂ 12 12 ਸਾਲਾਂ ਦੇ ਉਹਨਾਂ ਦਾ ਨਾਂ ਦੱਸੋ ਸਿੱਖਾਂ ਦੇ ਮੁੰਡਿਆਂ ਦੇ ਹੋਰ ਲੋਕ ਹੈ ਨਾ ਇੱਕ ਛੇਰ ਸਿੰਘ ਦਾ ਨਾਂ ਯਾਦ ਹੈ ਉਹ ਮੇਰੇ ਦਾਦੇ ਨਾਲ ਉਹਦੀ ਬੜੀ ਗੱਲ ਜਿਹੜੀ ਪਹਿਲੇ ਕਰਨੀ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਉਥੋਂ ਨਿਕਲੇ ਮੈਂ 12 14 ਸਾਲਾਂ ਦਾ ਹਾਂ 12 14 ਸਾਲਾਂ ਦਾ ਚੰਗਾ ਭਲਾ ਬੰਦਾ ਜਿਹੜਾ ਬੱਚਾ ਮਾਸ਼ਾਅੱਲਾ ਇਹ ਇੱਥੇ ਆ ਕੇ ਫਿਰ ਬੜੀਆਂ ਨਸੀਬਤਾਂ ਪਈਆਂ ਨਾ ਹਾਂ ਅੱਛਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦਾ ਰਕਬਾ ਕਿਹੋ ਜਿਹਾ ਸੀ ਉਹ ਕਲਰਾਠਾ ਸੀ ਦਰਖੇਸ਼ ਸੀ ਉਹ ਰਕਬਾ 6 ਮਹੀਨੇ ਨਹਿਰੀ ਪਾਣੀ ਸੀ ਤੇ 6 ਮਹੀਨੇ ਖੂਹਾਂ ਦਾ ਸੀ अच्छा ओथे गुरुद्वारों ਦੇ ਵਿੱਚ ਆਪਣੇ ਸਰਦਾਰ ਚੀਜ਼ਾਂ ਜੂ ਜਾਂ ਵੰਡਦੇ ਹੁੰਦੇ ਸਨ ਬੜੀਆਂ ਤੇ ਤੁਸੀਂ ਖਾ ਲੈਂਦੇ ਸੀ हां ਸੀ ਦਸਰਾਲ ਕੇ ਰੋਟੀ ਇੱਕ ਦੋ ਜੇ ਤਖੋਗੇ ਖਾ ਲੈਂਦੇ ਅੱਛਾ ਅੱਛਾ ਯਾਨੀ ਉਹਨਾਂ ਦਾ ਨਮਾਣੀ ਆਦੀ ਸੀ ਅੱਛਾ ਸਾਡੀ ਆਉਣੀ ਨਹੀਂ Eid ਆ ਤੁਹਾਡੀ Eid ਹੈ ਨਾ ਅੱਛਾ ਅੱਛਾ ਤੇ ਜਦੋਂ ਅਸੀਂ ਸਾਡੀਆਂ ਬਾਹਰ ਰੋਟੀਆਂ ਜਾਣੀਆਂ ਤੇ ਉਹਨਾਂ ਖਾ ਜਾਣੀਆਂ ਅੱਛਾ ਅੱਛਾ ਤੇ ਜਦੋਂ ਉਹਨਾਂ ਦੀ ਨਮਾਣੀ ਆਦੀ ਸੀ ਉਸ ਵੇਲੇ ਅਸੀਂ ਉਹਨਾਂ ਤੋਂ ਗੱਲ ਵੇ ਹਲਵੇ ਬੜੇ ਪੱਕਦੇ ਸੀ ਅੱਛਾ ਤੁਸੀਂ ਉਸ ਆਪਣੇ ਬਹੁਤੇ ਸੱਜਣ ਦਾ ਨਾਮ ਦੱਸੋ ਜਿਹੜਾ ਸਿੱਖ ਤੁਹਾਡਾ ਬਹੁਤ ਸੱਜਣ ਸੱਜਣਾ ਤਾਂ ਪਰ ਸ਼ੇਰ ਸਿੰਘ ਹੀ ਸੀ ਸ਼ੇਰ ਸਿੰਘ ਜੀ ਹਾਂ ਇਹ ਕਹਿੰਦਾ ਕਿ ਤੇ ਸ਼ੇਰ ਸਿੰਘ ਦੇ ਵਾਲਦਾ ਨਾਂ ਦਾ ਪਤਾ ਨਹੀਂ ਅੱਛਾ ਉਹ ਪਿਓ ਪੁੱਤਰ ਸਾਨ ਤੇ ਬੜੇ ਬੀਬੇ ਆਦਮੀ ਸੀ ਅੱਛਾ ਤੂੰ ਤੇ ਆਪਣੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਪਤਾ ਉਹ ਤਾਂ ਲੰਬਦਾਰਾਂ ਨੂੰ ਪਤਾ ਨਾ ਪੀ ਪਤਾ ਅੱਛਾ 12 ਸਾਲਾਂ ਦੀ ਉਮਰ ਤੁਹਾਡੀ ਹੋ ਗਈ 12 ਸਾਲ ਦਾ ਵਿੱਚ ਤੇ ਆਪਣੇ ਸਕੂਲ ਜਾਂਦੇ ਉੱਥੇ ਗਏ ਹਾਂ ਇੱਕ ਦਿਨ ਅੱਛਾ ਇੱਕੋ ਨਹੀਂ ਦੋ ਦਿਨਾਂ अच्छा अच्छा हाथी ਗਾਣੇ ਸੁਲਤਾਨ ਖਾ ਪੜਨ اچھا اچھا ਤੇ ਸਾਨੂੰ ਆ ਕੋਨਾ ਹਾਥੀ ਤੇ ਬੁੜੀ ਤੇ ਬੰਦਾ ਬੈਠੇ ਤੇ ਦੋ ਜਣੇ ਸਾਂ ਇੱਕ ਰਮਜਾਨ ਸੀ ਉਹਦਾ ਵੀ ਨਾਂ ਰਾਇਆਂ ਦਾ ਮੁੰਡਾ ਤੇ ਆ ਵੇ ਕਿ ਆਹੀ ਤਾਂ ਬੋਲ ਚੰਗਰਾ ਮਾਰੋਤੇ ਦੋ ਤਿੰਨ ਵੇਰੀ ਡੇਗੇ ਉਹਨਾਂ ਹਾਥੀ ਢੱਕ ਲਿਆ ਹਤੇ ਘਾਰ ਆ ਸਾਨੂੰ ਤਾਪ ਚੜਨ ਲੱਗ ਪਿਆ ਆਂਦੇ ਉਹ ਪਰਾ ਬੜਾਈ ਦੀ ਨੂੰ ਮੁੰਡੇ ਮਾਰ ਦਿੱਤੇ ਅਸੀਂ ਨਹੀਂ ਕਰਨੇ ਚੱਲ ਪੁੱਤ ਤੂੰ ਮੈਂ ਲੈ ਜਾ ਕਰ ਉਹਦੇ ਭਲਾਨੇ ਦੇ ਨਾਲ ਤੇ ਉਹ ਚਾਹ ਲਿਆ ਕਰ ਤੁਸੀਂ ਮੰਜਾਂ ਚਾਰਦੇ ਰਹੇ ਜੀ ਹਾਂ ਤੇ ਹੋਰ ਤੇਨੇ ਚਾਰ ਤਾਲ ਨਹੀਂ ਜਾਰੀਆਂ ਉੱਤੇ ਤੇ ਉੱਥੇ ਚਰਾੰਦ ਹੈ ਸੀ ਕਿ ਇਸ ਤਰ੍ਹਾਂ ਨਹੀਂ ਪੈਲੀਆਂ ਵਾਂ ਦਾ ਇੱਕ ਹੌਂਸਾ ਪੱਠਾ ਹੀ ਪੱਠਾ ਹੈਗਾ ਹੈ ਅੰਦਰ ਚਾਰ ਚੁਰ ਕੇ ਤੇ ਰੱਜ ਕੇ ਆ ਜਾਂਦੇ ਅੱਛਾ ਜਦੋਂ 47 ਦਾ ਜੰਗ ਲੱਗਾ ਉਦੋਂ ਕਿਸ ਤਰ੍ਹਾਂ ਦੀ ਤੁਹਾਨੂੰ ਪਹਿਲੇ ਖਬਰ ਮਿਲੀ ਜਦੋਂ ਤੁਸੀਂ ਘਰ ਛੱਡਿਆ ਸਾਡੇ ਜਦੋਂ ਵੋਟ ਪੈਣੇ ਨਾ ਅੱਛਾ ਬਾਬੇ ਕਹਦੇ ਆਦਮਾ ਠੀਕ ਹੈ ਉਸ ਮੇਰੇ ਦੋ ਬਾਜ਼ਾਰ ਬਣੇ ਤੇ ਮੈਂ ਆਪਣੇ ਪਿਓ ਦੇ ਨਾਲ ਗਿਆ ਇਥੋਂ ਰੋਟੀ ਖਾਲਾ ਤੇ ਵੋਟ ਪਾਵੇਂ ਇਧਰ ਪਾ ਕਿਸੇ ਨੇ ਇਹ ਨਹੀਂ ਆਖਣਾ ਜਿਵੇਂ ਅੱਜ ਕਲਾ ਪਾ ਜਲੇਬੀਆਂ ਕਿਦੋਂ ਨਾ 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 ਉਹਨਾਂ ਨੇ ਹੋਟਲ ਬਣਾਏ ਨੇ ਉਹ ਉਹ ਦੂਜੀ ਪਾਰਟੀਆਂ ਨੂੰ ਖਾਲਾ ਇਧਰ ਖਾਲਾ ਉਹਨਾਂ ਵੋਟਾਂ ਦਾ ਮੈਨੂੰ ਪਤਾ ਮੈਂ ਪਿਓ ਦੇ ਨਾਲ ਗਿਆ ਤਾਂ ਤੇ ਉੱਥੇ ਵੋਟਾਂ ਪਾ ਕੇ ਅਸੀਂ ਆਏ ਚੈਨਲ ਸਾਡਾ ਦੇਸ਼ ਪੰਜਾਬ ਸਾਡੇ ਬਜ਼ੁਰਗ ਮਹਿਮਾਨ ਚੌਧਰੀ ਮੁਹੰਮਦ ਰਮਜ਼ਾਨ ਜੱਟ ਸਾਹਿਬ ਸਾਡੇ ਨਾਲ ਮੌਜੂਦ ਅਸੀਂ ਕਰ ਰਹੇ ਇਹਨਾਂ ਨਾਲ ਗੱਲਬਾਤ ਗੁਜ਼ਰੇ ਵੇਲੇ ਦੀ 1947 ਦੀ ਤੇ 47 ਤੋਂ ਪਹਿਲੇ ਦੀ ਸਾਂਝੇ ਪੰਜਾਬ ਦੀ ਇਕੱਠੇ ਪੰਜਾਬ ਦੀ ਇੱਕ ਪੰਜਾਬ ਦੀ ਪੁਰਾਣੀਆਂ ਸਾਂਝਾਂ ਦੀ ਅੱਜ ਅਸੀਂ ਬੈਠੇ ਆ ਪਿੰਡ ਅਮਰੀਕ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਕਸੂਰ ਦੋਸਤੋ ਅਮਰੀਕ ਅਮਰੀਕ ਸਿੰਘ ਵਾਲਾ ਜਿਹੜਾ ਪਿੰਡ ਹੈ ਇਹ ਪਾਰਟੀਸ਼ਨ ਤੋਂ ਪਹਿਲੇ ਤਹਿਸੀਲ ਕਸੂਰ ਤੇ ਜ਼ਿਲ੍ਹਾ ਲਾਹੌਰ ਦਾ ਹਿੱਸਾ ਸੀ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਕਸੂਰ ਜ਼ਿਲ੍ਹਾ ਬਣਿਆ ਤੇ ਅਮਰੀਕ ਸਿੰਘ ਵਾਲਾ ਜਿਹੜਾ ਉਹ ਜ਼ਿਲ੍ਹਾ ਕਸੂਰ ਦੇ ਵਿੱਚ ਆ ਗਿਆ ਤੇ ਕਰਦੇ ਆ ਅੱਜ ਆਪਣੇ ਮਹਿਮਾਨ ਚੌਧਰੀ ਰਮਜ਼ਾਨ ਸਾਹਿਬ ਨਾਲ ਗੱਲਬਾਤ ਹਾਈ ਸਾਹਿਬ ਜਦੋਂ ਤੁਸੀਂ ਉੱਥੇ ਇੰਡੀਆ ਦੇ ਵਿੱਚ ਹੁੰਦੇ ਸੀ ਤੁਹਾਡੇ ਸਿੱਖ ਬੇਲੀ ਸਨ ਬਿਲਕੁਲ ਹਾਂਜੀ ਬੇਲੀ ਤੇ ਉਹਨਾਂ ਦੇ ਨਾਲ ਤੁਸੀਂ ਗੁਰਦੁਆਰਿਆਂ 'ਚ ਚਲੇ ਜਾਂਦੇ ਸੀ ਚਲੇ ਜਾਂਦੇ ਸੀ ਉਹ ਵੀ ਆ ਜਾਂਦੇ ਸੀ ਤੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਲੰਗਰ ਪਕਦਾ ਸੀ ਹਲਵੇ ਪਕਦੇ ਸੀ ਉਹਨਾਂ ਦੇ ਹਲਵੇ ਤੁਸੀਂ ਖਾ ਲੈਂਦੇ ਸੀ ਖਾ ਲੈਂਦੇ ਸੀ ਅੱਛਾ ਉਹਨਾਂ ਚ ਕੀ ਪਾਇਆ ਸੀ ਅੱਛਾ ਹਾਂ ਤੇ ਉਹ ਤੁਹਾਨੂੰ ਰੋਕਦੇ ਤਾਂ ਨਹੀਂ ਸੀ ਵੀ ਯਾਰ ਨਾ ਆਉਂ ਉਹ ਅੰਦਰ ਨਾ 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 ਨਹੀਂ ਸੀ ਰੋਕਦੇ ਕਿੰਨਾ ਕੁ ਜਾਂਦੇ ਸੀ ਗੁਰਦੁਆਰਿਆਂ ਚ ਜਦੋਂ ਕਿਤੇ ਕੋਈ ਉਹਨਾਂ ਦੇ ਜਿਵੇਂ ਆਪਣੇ ਹੁੰਦਾ ਹਾਂ ਹਾਂਜੀ ਉਦੋਂ ਸਾਰੇ ਚਲੇ ਜਾਂਦੇ ਸੀ ਮੁੰਡੇ ਅੱਛਾ ਹਾਂ ਤੇ ਉਹਨਾਂ ਦੇ ਜਿਹੜੀਆਂ ਸ਼ਾਦੀਆਂ ਸੀ ਵਿਆਹ ਸ਼ਾਦੀਆਂ ਉਹਨਾਂ ਦੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਵੀ ਤੁਸੀਂ ਜਾਂ ਜਾਂਦੇ ਰਹੇ ਨਾਲ ਹਾਈ ਸਾਹਿਬ ਉਹ ਤਾਂ ਗੱਡੀਆਂ ਲਾ ਰੀਆਂ ਤਾਂ ਨਹੀਂ ਹੁੰਦੀਆਂ ਸੀ ਤੇ ਜੰਜਾਂ ਕਿਵੇਂ ਜਾਂਦੀਆਂ ਸੀ ਘੋੜੀਆਂ ਤੇ अच्छा घोड़ियां कोड़ ते ਜਾਂਦੀਆਂ ਸੀ جناب ਤੇਰੇ ਤੋਂ ਘੋੜੀ ਮਾੜੇ ਆਦਮੀ ਮੰਗ ਲਈ ਨਾ ਹਾਂਜੀ ਭਾਵੇਂ ਬਾਦਸ਼ਾਹ ਆਜੇ ਉਹਨੇ ਆਖਣਾ ਫਲਾਣੇ ਨੇ ਘੋੜੀ ਮੰਗੀ ਕਣੀਆਂ ਸਿੱਖਾਂ ਕੋਲ ਘੋੜੀਆਂ ਸੀ اچھا ਤੇ ਮੁਸਲਮਾਨਾਂ ਕੋਲ ਵੀ ਵੇਦਲੀਆਂ ਵੇਦਲੀਆਂ ਗਈਆਂ ਸੀ اچھا ਹਾਂ ਤੇ ਇਹ ਉਦੋਂ ਤੇ ਸੁਣਿਆ ਕਿ ਬਰਾਤਾਂ ਜਿਹੜੀਆਂ 2-2 3-3 ਦਿਨ ਰਹਿੰਦੀਆਂ ਸੀ ਇਹ ਗੱਲ ਠੀਕ 8 ਦਿਨ ਵੀ ਰਹਿੰਦੀਆਂ ਸੀ ਤੋਂ 2 ਦਿਨ ਆਂਦਾ ਤੁਸੀਂ 8 ਭਰਾ ਜੇ ਕਿ ਨਹੀਂ ਹਾਂਜੀ ਇੱਕ ਇੱਕ ਦਿਨ ਜਾਂਦੀ ਦੀ ਰੋਟੀ ਪਕਾਉਣੀ اچھا ਜੀ ਹਾਈ ਸਾਹਿਬ ਉਦੋਂ ਬਰਾਤਾਂ ਤੇ ਰੋਟੀਆਂ ਤੇ ਕੀ ਪਕਦਾ ਸੀ ਉਹ ਬਣਾ ਕੋਈ ਮਠਿਆਈ ਨਿਕਲਦੀ ਲੱਡੂ ਨਿਕਲਦੇ ਸੀ ਅੱਛਾ ਗੋਸ਼ਤ ਪੱਕਦੇ ਸੀ ਅੱਛਾ ਜੀ ਹਾਂ ਤੇ ਉਹ ਨਹੀਂ ਸੀ ਆਪਣਾ ਗੋਸ਼ਤ ਖਾਂਦੇ ਕਿਉਂ ਆਪਾਂ ਮੋਟਾ ਗੋਸ਼ਤ ਕਰਦੇ ਸੀ ਉਹ ਉਹ ਜਿਹੜਾ ਬੱਕਰੇ ਕਰਦੇ ਅੱਛਾ ਆਹੋ ਆਪਣਾ ਵੱਡੇ ਗੋਸ਼ਤ ਨੂੰ ਨਹੀਂ ਜਰਾ ਗਏ ਹਾਂ ਹਾਂ ਤੇ ਬੱਕਰੇ ਖਾ ਲੈਂਦੇ ਸੀ ਵਕਰੇ ਦਖਾ ਜਾਂਦੇ ਹੈਗੇ ਵਕਰੇ ਕਿਉਂ ਨਿਕਲ ਸ਼ਾਇਦ ਵਿੱਚ ਨਾ ਵੀ ਖਾਂਦੇ ਹੋਣ ਇੰਨੀ ਗੱਲ ਆ ਵੀ ਜੰਨਾਂ ਆ ਜਾਂਦੇ ਹੈ ਜਰੂਰ ਜਾਨ ਉਥੇ ਕੋ ਪਿੰਡ ਸੇ ਇੱਕ ਤਗੜਾ ਤੇ ਉਹਨੇ 10 ਪਰੋਣੇ ਹੋਏ ਤੇ ਉਹਨਾਂ ਦੀ ਰੋਟੀ ਪਕਾ ਦੇਤੀ ਤੇ ਉਹ ਹਾਈ ਸਾਹਿਬ ਉਦੋਂ ਬੜਾ ਪਿਆਰ ਮੁਹੱਬਤ ਪ੍ਰੇਮ ਸੀ ਬੜਾ ਬੜਾ ਸਾਡੇ ਪਿੰਡ ਦਾ ਸਰਦਾਰ ਸੀ ਤੇ ਸਾਈ ਤੁਰਿਆ ਜਾਵੇ ਸੋਹਣੇ ਉਹਨੇ ਪਾਇ ਲੀੜੇ ਅੱਛਾ ਜੀ ਤੇ ਸਰਦਾਰ ਪੁੱਛਦਾ ਕਿਉਂ ਬਈ ਜਵਾਨਾ ਕਿੱਥੋਂ ਆਏ ਉਹਨੇ ਆਏ ਜੀ ਫਲਾਨੇ ਪਿੰਡੋਂ ਵਾਹ ਤੇ ਕਿੱਥੇ ਚੱਲਿਆ ਉਹਨੇ ਆਖਿਆ ਸਪਿੰਡ ਉਹਨੇ ਇੱਥੇ ਤੇ ਰਾ ਕੀ ਆਉਂਦਾ ਮੈਂ ਇੱਥੇ ਵਾਇਆ ਮੇਰੇ ਸਹੁਰੇ ਨੇ ਅੱਛਾ ਅੱਛਾ ਸਹੁਰੇ ਨੇ ਮੇਰੇ ਤੇਰੇ ਸਹੁਰੇ ਨੇ ਉਤਰ ਕੇ ਤੇ ਆਂਦਾ ਮੇਰਾ ਜਵਾਈ ਹੋਣਾ ਆ ਘੋੜੀ ਤੇ ਪੈ ਜਾ ਜਿਹੜੇ ਉਹ ਸਾਈ ਅੱਗੇ ਉਹ ਜਿੱਦੜ ਵਾਇਆ ਸੀ ਉਹਨਾਂ ਦਾ ਕੰਮ ਕਰਦੇ ਸੀ ਅੱਛਾ ਜੀ ਉਹਨਾਂ ਨੇ ਫੇਰਾ ਪੂਰਾ ਦੇ ਕੇ ਮੁੜ ਕੇ ਸਿਕਾ ਕੇ ਦੇ ਨੇ ਘੋੜੀ ਤੇ ਚੌਰੀ ਦੀਏ ਹਾਂਜੀ ਤੇ ਦੇਣ ਗਾਇ ਸਰਦਾਰ ਦੀ ਕੋੜੀ ਤਾਂ ਉਹ ਨੇ ਮੈਂ ਤਾਂ ਆਪਦੀ ਧੀ ਨੂੰ ਦੇ ਦਿੱਤੀ ਮੈਂ ਤਾਂ ਨਹੀਂ ਲੈਣੀ ਮੇਰੀ ਧੀ ਦੇ ਤੇ ਛੱਡ ਕੇ ਜਾਵੇ ਆਵੇ ਕੀ ਬਾਤ ਹੈ ਕੀ ਬਾਤ ਹੈ ਕੋੜੀ ਨਹੀਂ ਲਈ ਉਹਨੇ ਹਾਈ ਸਾਹਿਬ ਇਹਦਾ ਮਤਲਬ ਇਹ ਫਿਰ ਗੱਲ ਸੱਚੀ ਹੈ ਵੀ ਪਿੰਡ ਦੀ ਧੀ ਪੂਰੇ ਪਿੰਡ ਦੀ ਧੀ ਹੁੰਦੀ ਪੂਰੇ ਪਿੰਡ ਦੀ ਪੂਰੇ ਪਿੰਡ ਫਿਰ ਉਹ ਮਾੜਾ ਪਾਸੇ ਬੈਠਾ ਹਾਂਜੀ ਉਹਦੀ ਧੀ ਭੈਣ ਦੀ ਇੱਜ਼ਤ ਉਹਨਾਂ ਦੇ ਹੱਥ ਚੋਂ ਆਉਂਦੇ ਸਾਡੀ ਧੀ ਹੈ ਦੋ ਵੇਰੀ ਮੁੰਡਾ ਨੰਗਿਆ ਬੋਦਿਆਂ ਵਾਲਾ ਉਹ ਤੋਂ ਬੋਦਿਆਂ ਦਾ ਰਵਾਜ ਨਿਕਲਿਆ ਸੀ ਚੱਲਿਆ ਜੀ ਆ ਚੱਲਿਆ ਹਾਂਜੀ ਉਸੇ ਵਾਲੇ ਨਾਈ ਨੂੰ ਸਾਤ ਕੇ ਉਸ ਤਰ੍ਹਾਂ ਫਰਾਗ ਦੇ ਮੂੰਹ ਕਾਲਾ ਕਰਕੇ ਤਿੰਨ ਵਾਰੀ ਇੱਧਰ ਆ ਕਿ ਇਹ ਤੇਰਾ ਰੱਖਿਆ ਹਾਂਜੀ ਇਹ ਇਸ ਤਰ੍ਹਾਂ ਦੇ ਇਹ ਤੇ ਹਾਈ ਸਾਹਿਬ ਹੁਣ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਕੋਈ ਬੰਦਾ ਪਿੰਡ ਚ ਗਲੀ ਚ ਦੋ ਵਾਰੀ ਗੁਜ਼ਰ ਜਾਂਦਾ ਸੀ ਤੁਹਾਡੇ ਵਰਗੇ ਬਜ਼ੁਰਗ ਪੁੱਛਣਾ ਤੇ ਵੀ ਜਵਾਨਾ ਕਿੱਧਰ ਜਾਣਾ ਹੈ ਹਾਂ ਇਹ ਤੇ ਹੁਣ ਇਹ ਤੇ ਹੁਣ ਤੱਕ ਸਾਡੇ ਪਿੰਡਾਂ ਦੇ ਵਿੱਚ ਆ ਆਪਣੇ ਦਾ ਰਵਾਜ ਨਹੀਂ ਨਾ ਹਾਂਜੀ ਧੀ ਪੈ ਜਵਾਨ ਹੋ ਗਈ ਖੂਦ ਦੇ ਪੈਰ ਮਾਣਨ ਲੱਗ ਪਈ ਹਾਂਜੀ ਜਾ ਜਿਵੇਂ ਆਪਾਂ ਬੈਠਾ ਸਰਦਾਰ ਜੀ ਮੁੰਨੀ ਵਿਆਹ ਦੇਣੀ ਚਾਹੀਦੀ ਜਵਾਨ ਹੋ ਗਈ ਹੈ ਖੂਈ ਤੇ ਪੈਰ ਕੂਚਣ ਜੋ ਪਛਾਣ ਕਰ ਜਾਂਦੇ ਸੀ ਜੀ ਬਿਲਕੁਲ ਸਿਆਣੇ ਲੋਕ ਸਨ ਜੀ ਤੇ ਹਾਈ ਸਾਹਿਬ ਜਦੋਂ ਇਨਾ ਪਿਆਰ ਮੁਹੱਬਤ ਸੀ ਸਾਰਾ ਕੁਝ ਸੀ ਤੇ ਫਿਰ ਇਹ ਅਚਾਨਕ ਕੀ ਹੋ ਗਿਆ ਚਾਨਕੇ ਆ ਗਏ ਭੋਟ ਪੈਂਦੇ ਗਏ ਨੇ ਮੇਰਾ ਪਿਓ ਹਲਵਾਉਣ ਡਿਆ ਰਾਤ ਤੇ ਅੱਛਾ ਜੀ ਦੋ ਬੰਦੇ ਤੁਰੇ ਜਾਂਦੇ ਨੇ ਜੀ ਉਹਨੇ ਆਖਿਆ ਅੱਜ ਜਾਂ ਭੜ ਕੇ ਅੱਛਾ ਮਸਲਮਾਨ ਲੈਣਦੇ ਨੂੰ ਜਾਣਗੇ ਅੱਛਾ ਜੀ ਤੇ ਸਿੱਖ ਜਿਹੜੇ ਨੇ ਉਹ ਛੱਡਦੇ ਨੂੰ ਜਾਣਗੇ ਅੱਛਾ ਜੀ ਉਹ ਨਹੀਂ ਆਣਗੇ ਗੱਲ ਛੱਡੇ ਲਿਆ ਨਹੀਂ ਤਾਂ ਅੱਛਾ ਜੀ ਆ ਰਾਗ ਭਾਗ ਛੱਡ ਕੇ ਜਾਂਦਾ ਕੋਈ ਹਾਂ ਜੀ ਉਹਨੇ ਆ ਕੇ ਭਾਈ ਗੱਲ ਸੁਣ ਤੈਨੂੰ ਸਵੇਰੇ ਹੀ ਪਤਾ ਲੱਗ ਜਾ ਲੋਕਾਂ ਦਾ ਪਾਪ ਇਸ ਤਰ੍ਹਾਂ ਜੀ ਠੀਕ ਹੋ ਗਿਆ ਕਦੀ ਘਰ ਉਜੜੇ ਨੇ ਕਦੀ ਪਿੰਡ ਵੀ ਉਜੜੇ ਵੇਖੇ ਜੇ ਹਾਂ ਕਦੀ ਪਿੰਡ ਵੀ ਛੱਡੇ ਕਿਸੇ ਛੱਡੇ ਜੇ ਹਾਂ ਜੀ ਲਾਏ ਲਾਲਾ ਲਾਲਾ ਹੋ ਗਈ ਅੱਛਾ ਜੀ ਜਦੋਂ ਅਸੀਂ ਉੱਤੋਂ ਤੁਰਨ ਲੱਗੇ ਆ ਤੇ ਅਸੀਂ ਜਿਹੜਾ ਟੋਲਾ ਸੀ ਕੋਦੇ ਨਾ ਮੇਰੀ ਮਾਂ ਮੇਰਾ ਪਿਓ ਆਣਾ ਪਿਓ ਮੇਰੇ ਨੂੰ ਰੱਖ ਲਿਆ ਅੱਛਾ ਆਪਾਂ ਇੱਥੇ ਲੁੱਟਮਾਰ ਕਰਾਂਗੇ ਤੂੰ ਕਿੱਧਰ ਜਾਣਾ ਹੈ ਅੱਛਾ ਜੀ ਇਹ ਹੁਣ ਮਾਰੀਦਿਆਂ ਹੀ ਰਹਿਣਾ ਸੀ ਨਾ ਜਿਹੜੇ ਲੁੱਟਮਾਰ ਕਰਨ ਲੱਗ ਪਿਆ ਇਹ ਅਸੀਂ ਰాలే ਮਿਲਦੇ ਨਾ ਇਹਨਾਂ ਦੇ ਮੁਸਲਮਾਨਾਂ ਦੇ ਨਾਲ ਮਹਿਰਾਂ ਦੇ ਘਰਤੀ ਪਾਂਚੀ ਇੱਕ ਸਾਡਾ ਹੀ ਅੱਛਾ ਅਸੀਂ ਨਨਾਰਾਲ ਗਏ ਅੱਛਾ ਜੀ ਇਹਦਾ ਜਨਾਬ 8 ਮਹੀਨੇ ਦੇਣਾ ਅੱਛਾ ਜੀ ਸੂਤਰ ਲੱਗਾ ਇਹ ਫਿਰ ਰਾਤ ਉਥੋਂ ਨਸਿਆ ਅਸੀਂ 8 ਦਿਨ ਟੈਰਤੇ ਰਹੇ ਆਏ ਉਹੀ ਦਿਨ ਤਾਣਾ ਇੰਨੀ ਬਾਤ ਚ ਪਈ ਤੇ ਮਾਂ ਜੇ ਸਾਡੀ ਲੈ ਕੇ ਸਾਨੂੰ ਇੱਕ ਮੇਰਾ ਭਰਾ ਤੇ 9 ਮਹੀਨਿਆਂ ਦਾ ਸੀ ਅੱਛਾ ਜੀ ਤੇ ਇੱਕ ਮੇਰੀ ਛੋਟੀ ਭੈਣ ਸੀ ਅੱਛਾ ਜੀ ਤੇ ਇੱਕ ਮੈਂ ਵੱਡਾ ਸਸਾਰਿਆਂ ਆਈ ਉੱਥੇ ਬੈਠੇ ਭੂਟੇ ਰਹੇ ਪੇਰ ਅੱਲਾ ਜਾਣਦਾ ਜਿਹੜੀਆਂ ਫਿਰ ਇਧਰ ਆਣ ਕੇ ਮਸਜਿਦਾਂ ਪਈਆਂ ਨੇ ਇਹ ਮੁਸਲਮਾਨ ਵੀ ਸਾਨੂੰ ਲੁੱਟਣ ਲੱਗ ਪਏ ਜਿਹੜੀ ਕੋਈ ਡੰਗਰ ਪਸੂ ਹੈਗਾ ਖੋਲਿਆ ਇਹ ਆਇਆ ਜੀ ਤੁਸੀਂ ਚੌਰੀ ਸਾਹਿਬ ਕਿਹੜੀ ਸਾਈਡ ਤੋਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਸੀ 12 ਮੀਲ ਕਸੂਰ ਐਪਰੋਜਪੁਰੋਂ 12 ਮੀਲ ਜੀ ਕੱਚੀ ਸੜਕ ਨਵੀਂ ਬਣੀ ਸੀ ਬੜੀ ਵੱਡੀ ਜਵਾਨਾ ਕੁਟੀਆਂ ਵੀ ਫੜ ਲੈਂਦੇ ਸੀ ਕੀ ਗਾਂ ਤੈਨੂੰ ਦੱਸਾਂ ਬੁਰੇ ਹਾਲ ਸੀ ਵੇਰ ਵੇ ਜਿ ਸਿਆਣੇ ਆਦਮੀ ਜਿਹੜੇ ਬੁੱਢੇ ਉਹ ਆਈ ਨੇ ਜਿਨ੍ਹਾਂ ਚ ਵਸਦੇ ਰਹੇ ਇਹਨਾਂ ਫਿਰ ਲੈਣਾ ਲੈਣ ਬਣਾਈ ਵਿਚਕਾਰ ਜਵਾਨਾਂ ਕੁੜੀਆਂ ਹਾਂਜੀ ਉਦੋਂ ਲੱਗੇ ਦੂਜੀਆਂ ਮਾਵਾਂ ਉਹਨਾਂ ਦੀਆਂ ਹਾਂਜੀ ਪਾਸਿਆਂ ਤੇ ਬੁੱਢੇ ਲਾਤੇ ਜਿਹੜੇ ਤੁਹਾਡੇ ਵਰਗੇ ਮੁੰਡੇ ਨੇ ਪੜੋ ਪਰਚੀਆਂ ਕੁੜੀਆਂ ਨਗਾਹੋ ਤੁਸੀਂ ਵੀ ਫੇਰ ਉਹ ਸਾਡਾ ਕਾਰ 12 ਮੀਲ ਦਾ ਕਾਫਲਾ ਜਿਹੜਾ ਇੱਥੇ ਐਟ ਤੇ ਆਣ ਕੇ 8 ਦਿਨ ਬੈਠੇ ਰਹੇ ਆ ਡੰਡਾ ਸਿੰਘ ਵਾਲੇ ਇੱਥੇ ਬੈਠੇ ਰਹੇ ਹੈ ਸਭ ਜਿਹੜਾ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਏ ਤੁਸੀਂ ਕਸੂਰ ਵਾਲੇ ਸ਼ਹਿਰ ਚ ਵੜੇ ਤਾਂ ਹੁਸਲਾ ਹੋ ਗਿਆ ਕਿ ਫਿਰ ਜਿਹੜੇ ਕਸੂਰ ਵਾਲੇ ਲੋਕ ਸੀ ਉਹਨਾਂ ਨੇ ਫਿਰ ਕੋਈ ਤਾਵਨ ਕੀਤਾ ਤਾਵਨ ਕਿਸੇ ਬੰਦੇ ਨੇ ਕੀਤਾ ਦੁਆਈ ਰੱਬ ਦੀ ਕਿਤੇ ਡੰਗ ਦੀ ਕਿਸੇ ਰੋਟੀ ਨਹੀਂ ਦਿੱਤੀ ਅੱਛਾ ਕਿਸੇ ਨੇ ਪਾਣੀ ਨਹੀਂ ਪੁੱਛਿਆ ਪਾਣੀ ਛੱਡ ਕੇ ਮੈਂ ਨਾ ਰੋਟੀ ਦੀ ਭੁੱਖ ਸੀ ਪਾਣੀ ਤਾਂ ਮੀ ਬੜਾ ਪਿਆਸ ਹੈ ਹਾਂ ਜੀ ਮੀ ਬੜਾ ਹਾਂ ਫਿਰ ਰੋਲ ਦੇ ਫਿਰ ਦੇਣਾ ਆਏ ਗਾਣੋਂ ਨਿਕਲ ਗਏ ਸਾਨੂੰ ਤੋਂ ਚਾਰ ਮੇਰੀ ਚੋਰ ਵੀ ਰਾਜ ਪਏ ਫੇਰ ਇਥੇ ਮੈਂ ਰਹਿ ਗਏ ਸੀ ਉਹ ਅੱਗੇ ਪਠਾਨਾਂ ਵਾਲੇ ਪੈਰੀ ਵਾਗ ਗਏ ਸੀ ਜੀ ਜੀ ਉਹਨੇ ਆਖਿਆ ਯਾਰ ਉਹ 84 ਮਰਬਿਆਂ ਦਾ مالک ਹੈ ਜੱਜ ਤੇ ਉਹਦੀ ਜ਼ਮੀਨ ਹੈ ਤੇ ਆਪਾਂ ਨੂੰ ਵਾਉਣ ਨੂੰ ਵੀ ਮਿਲ ਜਾਏਗੇ ਤੇ ਸ਼ਾਇਦ ਕੋ ਮਾੜੇ ਚੰਗੇ ਘਰ ਮਿਲ ਜਾਣ ਜੀ ਆਗੋਂ ਆਏ ਤੇ ਆ ਜਿਹੜੇ ਬਦਮਾਸ਼ ਸਾਰੇ ਉੱਟਣ ਤੇ ਪੈਣ ਇਹ ਤੁਸੀਂ ਤੇ ਮੁਸਲਮਾਨ ਜੀ ਤੇ ਇਧਰ ਨੂੰ ਕਿਉਂ ਜਾਂਦੇ ਜੀ ਆਏ ਵੀ ਜੀ ਵੀ ਗਵਾਚੇ ਸੰ ਲੋਕਾਂ ਦੇ ਆ ਗਏ ਉਹ ਲੱਭਦੇ ਫਿਰਨੇ ਆ ਉਹਨਾਂ ਆ ਕੇ ਆச்சா ਅਸੀਂ ਫਿਰ ਇੱਥੇ ਆ ਜਾਂਦੇ ਆ ਇਹ ਤੋਂ ਫਿਰ ਉਹ ਪਟਾਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਉਹਨਾਂ ਤੁਹਾਨੂੰ ਮਰੀਤ ਸਿੰਘ ਨਾਲ ਬਾਤਾਂ ਇੱਥੇ ਫਿਰ ਪੈੜੀਆਂ ਪੈ ਗਈਆਂ ਜਿਹੜੀਆਂ ਫਰੀਦਕੋਟ ਕਾਗਤ ਆ ਗਏ ਅਸੀਂ ਪੈੜੀਆਂ ਦੇ ਚੋਹੇ ਸਾਬ ਰਸਤੇ 'ਚ ਵੱਡ ਘਾਟ ਕਿੰਨੀ ਕੁ ਵੇਖੀ ਜੇ ਇਹ ਨਾ ਪੁੱਛ ਉਸ ਤੋਂ ਦੀ ਲੰਗ ਕਿ ਆਂਦੇ ਰਹਿ ਮਰਿਆਦੇ ਉਸ ਤੋਂ ਦਾ ਕਿਸੇ ਦਾ ਇਤੋਂ ਤੋਂ ਧੌਣ ਵੱਡੀ ਲੋਗੇ ਬੈਠੇ ਨਾ ਪੂਰਾ ਡੱਬਰ ਹੈ ਕਮਾਦ ਦੇ ਵਿੱਚ ਹਾਂਜੀ ਇਹ ਐਡਾ ਬਚਾ ਰੋਇਆ ਹੈ ਨਾ ਉੱਟ ਗਾਲ ਸਾਰੇ ਬਾੜ ਨਾਲ ਸਾਰੇ ਟੱਬਰ ਨੂੰ ਲੈਂਦਾ ਹੀ ਮਾਵਾਂ ਨੇ ਅੱਗੇ ਛੀਆਂ ਕੋਟ ਕੇ ਤੇ ਬੂਟੀਆਂ ਨਾਲ ਆਏ ਬੱਚੇ ਇਹਦੇ ਦੇ ਜਾਨ ਮ ਬੀਬੀਆਂ ਦੇ ਦੁੱਧ ਵੜ ਦਿੱਤੇ ਇੱਥੋਂ ਇਹ ਤਾਂ ਅਸੀਂ ਹਕਾਣਾ ਵੇਖ ਕੇ ਹਾਂ ਨਾ ਹਸਾਫ਼ ਕਿਤਾਬ ਉਹ ਤਾਂ ਨਿਗ੍ਹਿ ਤੇ ਆਈ ਨਹੀਂ ਨਿਕਲਦੀਆਂ ਕਦੀ ਹੁਣ ਦੁਬਾਰਾ ਪਿੰਡ ਯਾਦ ਆਇਆ ਰਾਬ ਨੇ ਹੁਣ ਤਾਂ ਉਹ ਵੀ ਮਾਰ ਕੇ ਵੱਡੇ ਜਿਹੜੇ ਖਡਾਂ ਦੇ ਹੁੰਦੇ ਸੀ ਜਿਹੜੇ ਤੁਹਾਡੇ ਯਾਰ ਬਿਲੀ ਤੁਹਾਡੇ ਨਾਲ ਡੰਗਰ ਚਾਰਦੇ ਸੀ ਉਹ ਤਾਂ ਨਾ ਉਹਨਾਂ ਵਿਚਾਰਿਆਂ ਨੂੰ ਹੁਣ ਕੀ ਪਤਾ ਲੱਗਣਾ ਤੇ 12 ਸਾਲ 13 ਸਾਲ ਦੀ ਉਮਰ ਚ ਬੰਦਾ ਬਾਲ ਤਾਂ ਨਹੀਂ ਹੁੰਦਾ ਬੰਦਾ ਜਾ ਕੇ ਦੱਸ ਹੀ ਹੁੰਦਾ ਯਾਰ ਮੈਂ ਤੇਰਾ ਬਿਲੀ ਹਾਂ ਤੇਰੇ ਨਾਲ ਇਕੱਠਾ ਡੰਗਰ ਚਾਰਦਾ ਰਿਆਂ ਕੀ ਪਤਾ ਮਾਰ ਖਾਵੇ ਮੇਰੇ ਸ਼ਰਤ ਲੱਗਦੀ ਸੀ ਜਨਾਬ ਅੱਛਾ ਜੀ ਐ ਤਰ੍ਹਾਂ ਬਹਿੰਦੇ ਸੀ ਇਹ ਨਾਨਾ ਠੁੰਡਾਂ ਤੇ ਉਹਨਾਂ ਹਾਲੇ ਵੀ ਲਾਲੂ ਦਾ ਪੁੱਤ ਰ ਚੀਜ਼ ਨਹੀਂ ਲੈ ਕੇ ਕੇਦਾ ਖਾਣਾ ਤੇ ਸਾਨੂੰ ਘਰ ਦੇ ਆਨੇ ਡਰਾਇਆ ਸੀ ਇਹਨਾਂ ਤੋਂ ਚੀਜ਼ ਨਾ ਖਾਏ ਠੂਣੇ ਕਰਨੀਆਂ ਨੇ ਇਹ ਬੜਾ ਉਦੋਂ ਰੌਲਾ ਸੀ ਅੱਛਾ ਜੀ ਤੇ ਤੁਸੀਂ ਵਾਕਈ ਠੂਣਿਆਂ ਤੋਂ ਡਰ ਜਾਂਦੇ ਸੀ ਅਸੀਂ ਤਾਂ ਟਾ ਝਾੜੀਆਂ ਤੇ ਉਹ ਛਵਾਲੇ ਤੇ ਗਿਰੀਆਂ ਬਤਾਮ ਆਈ ਤੇ ਚੁੰਨ ਕੇ ਖਾ ਜਾਂਦੇ ਤੁਹਾਡੇ ਤਾਂ ਕੋਈ ਠੂਣਾ ਨਹੀਂ ਚੱਲਿਆ ਜੀ ਨਹੀਂ ਬੜੇ ਡਰਾਂ ਤੇ ਹੁੰਦੀਆਂ ਸੀ ਅੱਛਾ ਜੀ ਹਾਂ ਇਹ ਹੈ ਚੌਰੀ ਸਾਹਿਬ ਜਿਹੜੀ ਤੁਹਾਡੀ ਵੀਡੀਓ ਆ ਨਾ ਜੀ ਇਹ 2-4 ਦਿਨਾਂ ਤੱਕ ਤੁਹਾਡੇ ਪਿੰਡ ਪਹੁੰਚ ਜਾਣੀ ਹੈ ਤੇ ਜੇ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਕਿਸ ਨਿਹਾਂ ਦੇਣਾ ਚਾਹੁੰਦੇ ਉਹ ਦੇ ਦਿਓ ਸਲਾਮ ਹੀ ਕਰ ਸਕਦੇ ਹੋ ਹੋਰ ਕੀ ਕਰ ਸਕਦੇ ਬਿਲਕੁਲ ਸਲਾਮ ਕਰੋ ਉਹਨਾਂ ਨੂੰ ਹਾਂ ਉਹਨਾਂ ਨੂੰ ਇਹ ਵੀ ਦੱਸੋ ਵੀ ਸਾਡੇ ਨਾਲ ਰਸਤੇ 'ਚ ਕੀ ਹੋਇਆ ਤੁਸੀਂ ਸਾਡਾ ਬਾਅਦ 'ਚ ਪਤਾ ਹੀ ਨਹੀਂ ਲਿਆ ਉਹਨਾਂ ਤਾਂ ਨਹੀਂ ਨਾ ਮਾਰਿਆ ਚਾਰ ਚੱਕੇ ਜਨਾਨੀਆਂ ਤੋਂ ਟੁੰਬਾਂ ਕੋਹਦੀਆਂ ਇਹ ਮੇਰੇ ਪਿਓ ਨੂੰ ਰੱਖ ਲਿਆ ਨਾ ਜਿਹੜੇ ਤੇ ਅਗਲੇ ਪਿੰਡਾਂ ਆਗੀਆਂ ਜਨਾਨੀਆਂ ਹੁਣ ਇਹ ਪਾਤ ਜੱਰਾ ਬਚਾਵੇਂ ਆਹ ਦਾ ਪੈਣਾ ਮੈਂ ਤਾਂ ਆਪਸਿਆਂ ਮੈਂ ਤੁਹਾਨੂੰ ਕੀ ਛਡਾਉਣਾ ਇਹ ਫਿਰ ਰਾਤ ਜੇ ਨਾ ਨਾ ਆਂਦਾ ਸਾਡਾ ਪਿਓ ਅਸੀਂ ਛੱਡ ਜਾਣਾ ਅੰਨੇ ਦੀ ਵੇਲੀ ਸੀ ਤੇ ਬੜਾ ਕੁ ਤਗੜਾ ਸੀ ਅੰਨਾ ਤੇ ਅੰਨੀ ਸੀ ਦੋਵੇਂ ਅੱਛਾ ਜੀ ਉਹਦੀ ਵੇਲੀ ਬੜੀ ਵੱਡੀ ਸੀ ਤੇ ਮਛੇੜੀ ਨਾ ਪੜੀ ਪਿਆ ਕਪਾਵਾਂ ਦੀ ਮਛੇੜੀ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਉਹ ਤਾਈਓ ਖਬਰ ਮੁਸਲਮਾਨ ਜਾ ਕੇ ਉਹਦੀ ਵੇਲੀ ਚ ਬੈਠੇ ਜਾਣ ਅੱਛਾ ਜੀ ਤੇ ਸਿੱਖਾਂ ਨੇ ਆ ਕੇ ਇਕੱਠੇ ਹੋ ਲੈਣ ਦਿਓ ਅੱਛਾ ਜੀ ਜਿਹੜੇ ਉਹਦੋਂ ਮੇਰਾ ਪੀ ਹੋ ਗਿਆ ਅੱਛਾ ਤੇ ਮੇਰੀ ਮਾਂ ਨੇ ਆਖਿਆ ਕੋ ਖਾਦਾ ਪੀਤਾ ਇੱਕ ਨਹੀਂ ਆਂਦਾ ਕਿ ਖਾਣਾ ਕੀ ਕਿੱਥੋਂ ਮੈਂ ਖਾਣਾ ਜੀ ਜੀ ਤਾਂ ਦੇਣਾ ਬਾ ਹਾਂਜੀ ਆਟਾ ਦੇਣਾ ਬਾ ਉਹਨਾਂ ਨੇ ਤੁਹਾਨੂੰ ਇੱਥੇ ਆ ਕੇ ਲੱਭਿਆ ਕਿਵੇਂ ਬਸ ਉਹ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਤਾਂ ਤੇ ਠਹਿਰੇ ਹੋਣੇ ਨੇ ਸੂ ਤਾਂ ਹੁੰਦੀ ਨਾ ਇਤੋ ਤੁਰ ਗਿਆ ਵੀ ਉਹ ਪਠਾਨ ਵਾਲੇ ਹੀ ਹੋਣੇ ਨੇ ਜੀ ਜੀ ਬਿਲਕੁਲ ਉਦੋਂ ਗਵੇੜੀ ਲੌਂਗ ਲੌਂਗਦੇ ਸੀ ਵੀ ਯਾਰ ਹੋ ਸਕਦਾ ਆ ਉਹ ਤੋਂ ਕਿਹੜਾ ਮੋਬਾਈਲ ਸਰ ਉਹ ਜਿਸ ਵੇਲੇ ਨਾ ਪਿੰਡ ਨੂੰ ਅੱਗ ਲੱਗੀ ਪਰਲੇ ਪਾਸੇ ਅੱਛਾ ਜੀ ਤੁਹਾਡੇ ਪੜਾਣੇ ਪਿੰਡ ਨੂੰ ਨਾ ਨਾ ਉਹ ਜਿੱਤੇ ਜਦੋਂ ਆਏ ਆ ਤੇ ਰਾਹ ਦੇ ਵਿੱਚ ਜਿੱਤੇ ਠਹਿਰੇ ਸਾਂ ਹਾਂਜੀ ਉਸ ਪਿੰਡ ਨੂੰ ਅੱਗ ਲੱਗੀ ਆ ਉਹ ਮਰੀਜ਼ ਉਹ ਆਪਣਾ ਕੋ ਉਹਨਾਂ ਦਾ ਸੀ ਅੰਨਾ ਤੇ ਅੰਨੀ ਦੇ ਬੜੇ ਵੱਡੇ ਮਾਲਕ ਸਾਨ ਅੱਛਾ ਜੀ ਤੇ ਮਸ਼ੀਟੀ ਬੜੀ ਉਹਨਾਂ ਨੇ ਜੋ ਮੇਰੀ ਮਾਂ ਦੀ ਵੇਖੇ ਨਾ ਕੀ ਹੋਣਿਆ ਉਹ ਨਿਕਲੋ ਐਸਾ ਤੇ ਉੱਥੇ ਹੈ ਗਈ 25 ਕਾਰ ਅੱਛਾ ਇਹ ਮੇਰਾ ਪਿਓ ਜਮੂਆ ਦਾ ਲਖ ਲੋ ਗਿਆ ਇੰਜ ਲੈਣ ਸੀ ਤੇ ਉਹਨਾਂ ਨੇ ਆਖਿਆ ਬੁੱਢਿਆ ਅੰਨਾ ਤੇ ਨੀਨੂ ਆਦੇ ਉਹ ਕਿਤੇ ਨਹੀਂ ਬੰਦੇ ਜਿਹੜੇ ਮੁਸਲਮਾਨ ਇੱਥੇ ਪਾਇ ਸਹੀ ਉਹਨਾਂ ਨੇ ਕਿ ਇਹ ਦੋ ਬੰਦੇ ਆਏ ਨੇ ਉਹ ਲੈ ਕੇ ਚਲੇ ਗਏ ਉਹਨਾਂ ਜੀਂਦਿਆਂ ਨੂੰ ਉਹ ਅਗਜ ਸੋੜ ਦਿੱਤਾ ਇਹ ਕਾਫਲੇ ਚ ਰਲ ਗਏ ਫਿਰ ਅੱਛਾ ਕਾਫਲਾ ਕੋਲੋਂ ਦੀ ਨੰਗਦਾ ਸੀ ਅੱਛਾ ਜਿਹੜੇ ਮਾਈ ਬਾਬੇ ਨੇ ਅੰਨੇ ਨੇ ਤੇ ਅਨੀ ਨੇ ਮੁਸਲਮਾਨਾਂ ਨੂੰ ਪਨਾਹ ਦਿੱਤੀ ਉਹਨਾਂ ਨੇ ਉਹਨਾਂ ਨੂੰ ਅੱਗ 'ਚ ਸੜ ਦਿੱਤਾ ਅੱਗ ਜੀਂਦਿਆਂ ਨੂੰ ਸੜ ਦਿੱਤਾ ਫੜ ਫੜ ਕੇ ਲਾਤਾ ਤੇ ਮਛੀੜੇ ਨੂੰ ਅੱਗ ਲਾ ਦਿੱਤੀ ਬਹੁਤ ਲਾਟਾਂ ਨਿਕਲਾਈਆਂ ਉਹਨਾਂ ਨੂੰ ਮਾਰਤਾ ਸਿਰਫ ਇਸ ਵਾਸਤੇ ਵੀ ਤੁਸੀਂ ਉਹਨਾਂ ਨੂੰ ਪਨਾਹ ਕਿਉਂ ਦਿੱਤੀ ਪਨਾਹ ਕੀ ਉਹ ਜੀ ਮੁਸਲਮਾਨਾਂ ਦੇ ਦੁਸ਼ਮਣ ਬਣ ਕੇ ਪਤਾ ਨਹੀਂ ਕੀ ਹੋਇਆ ਇੱਕ ਮਹੀਨੇ ਤੋਂ ਪਹਿਲਾਂ ਉਹ ਜਿਹੜੀ ਦੂਸਰੇ ਦਾਦੇ ਵਾਲੀ ਗੱਲ ਉਹ ਸੁਣਾਓ ਦਾਦਾ ਮੇਰਾ ਇੱਕ ਹੈਗਾ ਸੀ ਜੇਲ ਦੇ ਵਿੱਚ ਅੱਛਾ ਜੀ 1947 ਆ ਉਹ ਜੇਲ੍ਹ ਚ ਸੀ ਤੇ ਉਥੋਂ ਨਾ ਪੰਜਾਂ ਪੰਜਾ ਬੰਦਿਆਂ ਨੂੰ ਦਸਾਂ ਨੂੰ ਲਿਜਾਣ ਤੇ ਜੇਲ੍ਹ ਦੇ ਦੂਜਾ ਮੇਰਾ ਦਾਦਾ ਜਿਹੜਾ ਪਹਿਲਵਾਨ ਸੀ ਉਹ ਉੱਥੇ ਛੇਰ ਸੋਂਦੇ ਕੋਲ ਚਬਾਰੇ ਚ ਅੱਛਾ ਜੀ ਤੇ ਦੂਜਾ ਬਾਲ ਬੱਚਾ ਕੁਜਰਾਂ ਵਾਲੇ ਚਲੇ ਗਏ ਰੋੜ ਰਲ ਗਏ ਅੱਛਾ ਜੀ ਉਹ ਜਿਹੜੇ ਉਹ ਪੁੱਛਦੇ ਨਾ ਜਿਹੜੇ ਕੈਦੀ ਵੀ ਇਹਨਾਂ ਨੂੰ ਲਿਜਾਂਦੇ ਕਿੱਥੇ ਨੇ ਉਹ ਵਿੱਚ ਉਹ ਇੱਕ ਨੇ ਆਖਿਆ ਵੀ ਉਹ ਨਾ ਉਹ ਨਾ ਬੂਟੇ ਲ ਜਾਗਦੇ ਸਿਰ ਵੱਡ ਕੇ ਸੁੱਟੀ ਜਾਂਦੇ ਮੁਸਲਮਾਨਾਂ ਦੇ ਅੱਛਾ ਜੀ ਫੇਕ ਕਈਆਂ ਨੇ ਚੇਲ ਤੋੜ ਦਿੱਤੀ ਅੱਛਾ ਜੀ ਕਈ ਮਾਰੇ ਗਏ ਹਾਂਜੀ ਕਈ ਨੱਸ ਗਏ ਤੇ ਕਈ ਭੱਜ ਨੱਸ ਗਏ ਹਾਂਜੀ ਉਹਨੇ ਦਾਦਾ ਮੇਰਾ ਜਿਹੜਾ ਹੀ ਇਹਨੂੰ ਕੀ ਪਤਾ ਹੈ ਬੂਟੇ ਨੂੰ ਇਹ ਭੱਜ ਕੇ ਉੱਥੇ ਹੀ ਚਲਾ ਗਿਆ ਜਿੱਥੇ ਬੰਦੇ ਵੱਢਦੇ ਨੇ ਨਾ ਉਸੇ ਪਿੰਡ ਦੀ ਪੜਹਾਣੇ ਚੀ ਪੜਹਾਣੇ ਚਲਾ ਗਿਆ ਇਹ ਛੇਰ ਤੋਂ ਹੋਰ ਜਾਂਦਾ ਉਹਨੇ ਆਹੇ ਬਾਲ ਬਜੇ ਦੇ ਤਾਂ ਤੁਹਾਡੇ ਦਾ ਪਤਾ ਨਹੀਂ ਤੇ ਭਰਾ ਤੇਰਾ ਤੈਨੂੰ ਡੇਕ ਦਾ ਚਬਾਰੇ ਚ ਤੇ ਸੇ ਖਾਨੇ ਆ ਕੇ ਪੜੋਂ ਕਾਬੂ ਆਏ ਨੇ ਇਹਨਾਂ ਨੂੰ ਮਾਰ ਗਏ ਜੀ ਜੀ ਉਹਨੇ ਆਦੇ ਚ ਬਾਰੇ ਚ ਰੱਖ ਕੇ ਨਾ ਤੇ ਦੋ ਤਿੰਨ ਗੱਡਾਂ ਛਾਪਿਆਂ ਦੀਆਂ ਪੌੜੀ ਅੱਗੇ ਥੋੜੀ ਦਿੱਤੀਆਂ ਉਹ ਰੱਸੀ ਲਮਕੌਣ ਤੇ ਰੋਟੀ ਰੱਖ ਦੇਣ ਤੇ ਖਾ ਲੈਣ ਤੇ ਚਾੜਾ ਪਚਾਪ ਤਾਈ ਜਾਵੇ ਤੇ ਉੱਤੋਂ ਟਿ ਆਵੇ ਉਹਨਾਂ ਰਕ ਤਿੰਨ ਮਹੀਨੇ ਜੀ ਜੀ ਲੈ ਕੇ ਜਿਸ ਮੇਲੇ ਹੋਂ ਤੇ ਅਗੋਂ ਸਿੱਖ ਪੈ ਜਾਣ ਤੇ ਉਹਨਾਂ ਨੂੰ ਵੇਖ ਕੇ ਕੋੜੀਆਂ ਪਜਾ ਕੇ ਪਿੰਡ ਲੈ ਜਾਣ ਪੇਰ ਉਹ ਉਹਨਾਂ ਸਾਡੇ ਨਾਲ ਇਹ ਮਦਦ ਕੀਤੀ ਫੇਰ ਜੋ ਠੰਡ ਠੋ ਰਹਾ ਆ। ਤੇ ਲਾਲਾ ਸਾਹਿਬ ਇਹਨਾਂ ਦੇ ਨਾਲ ਚਾਹੇ ਸਾਂ ਤੇ ਪੋਜ ਤੋੜ ਗਿਆ ਪੱਕਦਾ। ਅਸੀਂ ਆਇਆ ਪਿੰਡ 'ਚ ਉਹ ਨਾ ਫਿਰ ਇੱਕ ਦਿਨ ਮੌਕਾ ਲੱਗਾ ਤੇ ਇੱਥੇ ਛੱਡ ਗਏ। ਅੱਛਾ ਜੀ। ਇਸ ਪਿੰਡ 'ਚ ਬਾੜਾ ਟਪਾ ਤੇ ਦਰਿਆ ਟਪਾ ਆ। ਦਰਿਆ ਟਪਾ ਆ। ਇਹ ਹੁਣ ਉਹਨਾਂ ਨੇ ਆ ਕੇ 800 ਰੁਪਇਆ ਮੇਰੇ ਦਾਦੇ ਨੇ ਫੜਾਇਆ ਸੀ। ਹਾਂਜੀ। ਉਦੋਂ ਚਾਂਦੀ ਦੇ ਰੁਪਏ ਹੁੰਦੇ ਗੁੱਤਲੀ 'ਚ। ਜੀ ਜੀ। ਤੇ ਉਹਦਾ ਉਹ ਪੁੱਛਦਾ ਚਿਹਰੇ ਤੋਂ ਕਿਉਂ ਭਈ ਪੈਸੇ ਭੂਸੇ ਤੇ ਉਹਦਾ ਪੁੱਤਰ ਆਦਾ ਇਹਨਾਂ ਦੀ ਉੱਤੇ ਮਾਂ ਬੈਠੀ ਉਹਨਾਂ ਦੇ ਪੈਸੇ ਛੜਿਓ ਤੇ ਜੀ ਉਹਨੇ ਕੱਢ ਕੇ ਥੈਲੀ ਫੜਾਤੀ ਜੀ ਠੀਕ ਹੈ ਤੇ ਉਹਨੇ ਆਹ ਹੋਰ ਕੋਚੇ ਜੇ ਦਿੰਦੇ ਤੇ ਇੱਕ ਬੂਰੀ ਮੱਝ ਮੇਰੀ ਦੇ ਦਿਓ ਹਾਂਜੀ ਅਸੀਂ ਤੋਰੀਆ ਉਹ ਜਿਹੜਾ ਮਰੁੱਦਾ ਵਾਲਾ ਬਾਗ ਨਾ ਉਹ ਤਾਂ ਤੋਰੀਆ ਪੜੀ ਪਗੀ ਭਈ ਸਿਕਾ ਨੇ ਪਾਣੀ ਲਾਇਆ ਸੀ ਅਰੂੜੀਆਂ ਛੋਟੀਆਂ ਇਹ ਆਈਆਂ ਉਹ ਛੱਟਾ ਦੇ ਕੇ ਤੋਰੀਆ ਬੀਜਤਾ ਜੀ ਜੀ ਤੋਰੀਆ ਵੱਢ ਕੇ ਤੇ ਪੰਡਾਂ ਚੁੱਕੀਆਂ ਨੇ ਤੇ ਮੇਰਾ ਦਾਦਾ ਉਰੀ ਮੈਂ ਕੀ ਆਂਦੇ ਨੇ ਅੱਛਾ ਜੀ ਤੇ ਉਹ ਆਂਦਾ ਯਾਰ ਉਹ ਪੰਡ ਵਾਲਾ ਆਇਆ ਲੱਗਦਾ ਜਿਵੇਂ ਬਾਤ ਦੇ ਉਹ ਆਂਦਾ ਕਿਤੇ ਮਾਰੇ ਗਏ ਹੁਣੇ ਨੇ ਰੋਂਦੇ ਆਂਦੇ ਵੀ ਉਹ ਮਾਰ ਮੁਰੇ ਗਏ ਉਹ ਕਿੱਥੋਂ ਮੇਰੇ ਪਿਓ ਨੇ ਸੁਣ ਲਿਆ ਚਾ ਕਿਲੇ ਦਾ ਫਰਕ ਸੀ ਆ ਛੱਡ ਕੇ ਜਿੰਨਾ ਹਾਂ ਜੀ ਉਹਨੇ ਵੇਖਿਆ ਇੰਜ ਤੇ ਉਹਨੇ ਮਾਰੀ ਪੰਡ ਪਵਾ ਕੇ ਜਿੰਨੇ ਜੀ ਸੀ ਵੇਲੇ ਜ ਸਾਰੇ ਰੋਂ ਪਟਣ ਲੱਗ ਪਏ